वजह कारण हुण घरे बैठे जी ठीक है टाइम नहीं पास हो रहा तो फिर मैं सोचा भी आपां करोना नूं आपां मद्देनजर रखते हुए भी घरे ही बैठे हैं टाइम भी पास करिए तो कोई चीज़ भी बन सके ठीक है जी। फिर मैं ये मॉडल तैयार किया जी। मैं जी ये सुनेहा देना चाहना भी अपना कोरोना मद्दे रखते हुए अपना यह कहने भी कोविड 19 का मतलब यह है भी अपना अलविदा कहीए कोरोना कि आप साढ़े देश चो पर चला जाए आप सुखी शांति बसीए सब ठीक है। कहते हैं कि हर किसी विच कोई ना कोई हुनर जरूर हुंदा है अते इस हुनर नू दिखाउन लई केवल एक मौका चाहिदा हुंदा है। ਅਜਿਹਾ ਹੀ ਹੁਨਰ ਇਸ ਲੋਕਡਾਊਨ ਵਿੱਚ ਬਰਨਾਲਾ ਦੇ ਨਿੱਕਾ ਸਿੰਘ ਨਾਂ ਦੇ ਮਿਸਤਰੀ ਨੇ ਦਿਖਾਇਆ ਜਿਸ ਨੇ ਇੱਕ ਲਗਜ਼ਰੀ ਬੱਸ ਦਾ ਮਾਡਲ ਤਿਆਰ ਕੀਤਾ ਅਤੇ ਇਸ ਦੇ ਨਾਲ ਹੀ ਬੱਸ ਦੇ ਪਿੱਛੇ ਕੋਵਿਡ 19 ਵੀ ਲਿਖਿਆ ਹੈ। ਦੇਖਣ ਵਿੱਚ ਇਹ ਬੱਸ ਬਿਲਕੁਲ ਅਸਲੀ ਹੀ ਲੱਗਦੀ ਹੈ। ਜਾਣਕਾਰੀ ਦਿੰਦੀ ਆ ਨਿੱਕਾ ਸਿੰਘ ਨੇ ਕਿਹਾ ਕਿ ਉਹ ਬੱਸ ਦੀ ਬਾਡੀ ਬਣਾਉਣ ਦਾ ਕੰਮ ਕਰਦਾ ਹੈ ਅਤੇ ਕਰਫਿਊ ਲਗਾ ਹੋਣ ਕਾਰਨ ਉਸਨੇ ਸੋਚਿਆ ਕਿ ਉਹ ਇੱਕ ਮਾਡਲ ਤਿਆਰ ਕਰੇ ਜਿਸ ਦੇ ਚਲਦਿਆਂ ਉਸਨੇ ਇੱਕ ਲਗਜ਼ਰੀ ਬੱਸ ਨੂੰ ਤਿਆਰ ਕੀਤਾ। ਇਸ ਮੌਕੇ ਨਿੱਕਾ ਮਿਸਤਰੀ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਵੈਸੇ ਬੱਸਾਂ ਕੰਮ ਹੀ ਬੱਸਾਂ ਦਾ ਕਰਦਾ ਜੀ ਪਤੌੜ 'ਚ। ਵੈਸੇ ਮੈਨੂੰ ਸ਼ੌਂਕ ਵੀ ਹੈ ਠੀਕ ਹੈ ਜੀ ਜਦੋਂ ਉੱਥੇ ਆਪਾਂ ਐਡੀਆਂ ਬੱਸਾਂ ਬਣਾ ਸਕਦੇ ਹਾਂ ਮੈਨੂੰ ਆਇਆ ਵੀ ਮੈਂ ਕੋਈ ਮਾਡਲ ਤਿਆਰ ਕਰ ਸਕਾਂ ਠੀਕ ਹੈ ਕੋਈ ਇਹੋ ਜਿਹਾ ਮਾਡਲ ਹੋਵੇ ਜੋ ਵੱਖਰਾ ਹੋਵੇ ਠੀਕ ਹੈ ਲੋਕਾਂ ਦੀ ਪਸੰਦ 'ਚ ਹੋਵੇ। ਅਤੇ ਬਾਕੀ ਹੁਣ ਕਰੋਨਾ ਦੀ ਵਜ੍ਹਾ ਕਾਰਨ ਹੁਣ ਘਰ ਬੈਠੇ ਜੀ ਠੀਕ ਹੈ ਟਾਈਮ ਨਹੀਂ ਪਾਸ ਹੋ ਰਿਹਾ ਅਤੇ ਫਿਰ ਮੈਂ ਸੋਚਿਆ ਵੀ ਆਪਾਂ ਕਰੋਨਾ ਨੂੰ ਆਪਾਂ ਮੱਦੇਨਜ਼ਰ ਰੱਖਦੇ ਹੋਏ ਵੀ ਘਰ ਹੀ ਬੈਠੇ ਹੈ ਟਾਈਮ ਵੀ ਪਾਸ ਕਰੀਏ ਅਤੇ ਕੋਈ ਚੀਜ਼ ਵੀ ਬਣ ਸਕੇ ਠੀਕ ਹੈ ਜੀ। ਫਿਰ ਮੈਂ ਇਹ ਮਾਡਲ ਤਿਆਰ ਕੀਤਾ ਜੀ। ਸਮਾਨ ਤਾਂ ਦੇਖੋ ਜੀ ਮਿਸਤਰੀਆਂ ਦੇ ਘਰ ਹੀ ਹੁੰਦਾ ਜੀ ਸਮਾਨ ਤਾਂ ਠੀਕ ਹੈ ਜੀ ਮਾੜਾ ਮੋਟਾ ਐਂ ਬਣਾਉਂਦਾ ਰਹਿੰਦਾ ਮੈਂ। ਵੈਸੇ ਮਾਡਲ ਬਹੁਤ ਮਾਡਲ ਬਣਾਏ ਆਪਣੇ ਸਾਰੇ ਤਰ੍ਹਾਂ ਦੇ ਮਟੀਰੀਅਲ ਪਿਆ ਹੁੰਦਾ ਥੋੜ੍ਹਾ ਮੋਟਾ ਹੀ ਕੋਈ ਜਿਹੜੀ ਮੈਨੂੰ ਲਿਆਉਣੀ ਪੈ ਗਈ ਬਾਜ਼ਾਰੋਂ ਸਵੇਰੇ ਖੁੱਲ੍ਹਦਾ ਘੰਟਾ ਕਰਫਿਊ ਉਸ ਤਰ੍ਹਾਂ ਮੈਂ ਲਿਆ ਇਸ ਸਮਾਨ ਦੀ ਲੋੜ ਮੁਤਾਬਕ ਠੀਕ ਹੈ। ਅਤੇ ਬਾਕੀ ਇਹ ਮਾਡਲ ਲਕਸਰੀ ਮਾਡਲ ਬਣਾਇਆ ਜੀ ਮੈਂ ਲਾਈਟਾਂ ਵਗੈਰਾ ਲਗਾਈਆਂ ਨੇ ਏਸੀ ਲਾਇਆ ਉੱਪਰ ਉਸ ਤਰ੍ਹਾਂ ਹੀ ਦਿਖਾਇਆ ਹੋਇਆ ਅੰਦਰ ਲਾਈਟਾਂ ਚੱਲ ਰਹੀਆਂ ਨੇ ਬੈਕ ਲਾਈਟਾਂ ਫਰੰਟ ਲਾਈਟਾਂ ਹੈੱਡ ਲਾਈਟਾਂ ਠੀਕ ਹੈ। ਬਾਕੀ ਹੁਣ ਥੋੜ੍ਹਾ ਜਿਹਾ ਅਧੂਰਾ ਥੋੜ੍ਹਾ ਜਿਹਾ ਕੰਮ ਉਹ ਤੁਸੀਂ ਇਹਦੇ ਪਿੱਛੇ ਕੋਵਿਡ 19 ਵੇਲੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਜੀ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਆਪਾਂ ਕਰੋਨਾ ਨੂੰ ਮੱਦੇ ਰੱਖਦੇ ਹੋਏ ਆਪਾਂ ਇਹ ਕਹਿੰਦੇ ਹਾਂ ਵੀ ਕੋਵਿਡ 19 ਦਾ ਮਤਲਬ ਇਹ ਹੈ ਵੀ ਆਪਾਂ ਅਲਵਿਦਾ ਕਹੀਏ ਕਰੋਨਾ ਨੂੰ ਕਿ ਆਪ ਸਾਡੇ ਦੇਸ਼ ਚੋਂ ਪਰ ਚਲਾ ਜਾਵੇ ਆਪਾਂ ਸੁਖੀ ਸ਼ਾਂਤੀ ਬਸੀਏ ਸਭ ਠੀਕ ਹੈ। ਬਾਕੀ ਆਪਾਂ ਚੈਨ ਆ ਚੈਨ ਤੋੜ ਰਹੇ ਹਾਂ ਅਤੇ ਘਰ ਰਹਾਂਗੇ ਜੀ ਆਪਾਂ ਠੀਕ ਹੈ ਕਰੋਨਾ ਤੋਂ ਬਚਾਂਗੇ ਜੀ ਬਿਮਾਰੀ ਤੋਂ ਬਚਾਂਗੇ। ਬਾਕੀ ਐਂ ਵੀ ਪਰਿਵਾਰ 'ਚ ਰਹਿ ਕੇ ਚੱਲ ਆਪਣਾ ਕੰਮ ਚੱਲੀ ਜਾਂਦਾ ਜੀ ਮਾਡਲ ਤਿਆਰ ਕਰ ਰਿਹਾ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ।
ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ? ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।